100 ਤੋਂ ਵੱਧ ਵਿਦਿਆਰਥੀ ਤੇ ਕੰਮਕਾਜ ਕਰਨ ਵਾਲੇ ਜਿਹੜੇ ਸਾਈਪ੍ਰਸ ਤੋਂ ਮਹਾਮਾਰੀ ਦੇ ਦੌਰਾਨ ਵਾਪਸ ਆਏ ਸੀ। ਹੁਣ ਉਹਨਾਂ ਨੂੰ ਕੀ ਦਿੱਕਤਾਂ ਆ ਰਹੀਆਂ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ। ਪਹਿਲੇ ਤਾਂ ਗੱਲ ਕਰਦੇ ਆ ਕਿ ਮਹਾਮਾਰੀ ਦੇ ਦੌਰਾਨ ਕੀ ਦਿੱਕਤਾਂ ਆਈਆਂ ਤੁਹਾਨੂੰ? ਦੇਖੋ ਜੀ, ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹੂੰਗਾ, ਜਦੋਂ ਦੇ ਅਸੀਂ ਸਾਈਪ੍ਰਸ ਤੋਂ ਆਏ ਸੀ, ਅਸੀਂ ਸਿਰਫ ਇੱਥੇ 10 ਤੋਂ 15 ਦਿਨ ਲਈ ਛੁੱਟੀ ਲਈ ਆਏ ਸੀਗੇ। ਅਸੀਂ ਸਾਰੇ ਵਿੱਚੋਂ ਕਈ ਜਣੇ ਸਟੂਡੈਂਟ ਆ, ਕਈ ਜਣੇ ਵਰਕ 'ਤੇ ਆਏ ਪਏ ਆ। ਵਿੱਚੋਂ ਕਈਆਂ ਦਾ ਇੱਥੇ ਲੋਕਡਾਊਨ ਦੇ ਕਾਰਨ ਕਈਆਂ ਦਾ ਵੀਜ਼ਾ ਤੱਕ ਐਕਸਪਾਇਰ ਹੋ ਰਿਹਾ, ਅਤੇ ਅਸੀਂ ਸਿਰਫ ਇਹੀ ਦੱਸਣਾ ਚਾਹੁੰਦੇ ਕਿ ਸਾਨੂੰ ਇੰਨੀ ਜ਼ਿਆਦਾ ਦਿੱਕਤ ਆ ਰਹੀ ਹੈ ਕਿ ਸਾਡੀ ਇੱਕ ਤਾਂ ਸਟੱਡੀ ਪਿੱਛੇ ਪੈ ਰਹੀ ਆ, ਜਿਹੜੇ ਵਰਕ 'ਤੇ ਆ ਉਹਨਾਂ ਨੂੰ ਮਨੀ ਦੀ ਪ੍ਰੋਬਲਮ ਆ ਰਹੀ ਆ, ਕਈ ਇਨਕਮ ਸੋਰਸ ਨਹੀਂ ਰਹਿ ਗਿਆ ਇਸ ਵੇਲੇ। ਮਹਾਮਾਰੀ ਦੇ ਦੌਰਾਨ ਮੈਂ ਪਹਿਲੇ ਤੁਹਾਨੂੰ ਕੁਐਸਚਨ ਜਿਹੜਾ ਕੀਤਾ, ਪਹਿਲੇ ਉਹਦਾ ਦੱਸੋ ਵੀ ਕਿਸ ਤਰ੍ਹਾਂ ਤੁਸੀਂ ਉੱਥੋਂ ਇੱਥੇ ਵਾਪਸ ਆਏ, ਕਿੰਨੀਆਂ ਪ੍ਰੋਬਲਮਾਂ ਤੁਹਾਨੂੰ ਹੋਈਆਂ? ਦੇਖੋ ਜੀ, ਅਸੀਂ ਸਾਰੇ ਜਾਣੇ ਕੋਈ ਤਕਰੀਬਨ ਫਰਵਰੀ ਵਿੱਚ ਆਇਆ, ਕੋਈ ਮਾਰਚ ਵਿੱਚ ਆਇਆ, ਉਦੋਂ ਇੰਨਾ ਕੋਈ ਖਾਸ ਇਹਦਾ ਕੋਵਿਡ ਦਾ ਇੰਨਾ ਨਹੀਂ ਸੀਗਾ। ਅਸੀਂ ਆਪਣਾ ਸਿਰਫ ਨੋਰਮਲੀ ਇੱਕ ਵਿਜ਼ਿਟ ਲਿਆਏ ਸੀ, ਆਪਣੇ ਘਰ ਘਰੇ ਵਿਜ਼ਿਟ ਲਿਆਏ ਸੀਗੇ, ਪਰ ਇਹ ਜਦੋਂ ਸਾਰੇ ਇਸ ਤੋਂ ਬਾਅਦ ਲੋਕਡਾਊਨ ਕਰਕੇ ਇੱਥੇ ਸਾਰਿਆਂ ਨੇ ਫਸ ਗਏ। ਹੁਣ ਕੀ ਪ੍ਰੋਬਲਮ ਆ ਰਹੀ ਹੈ ਤੁਹਾਨੂੰ? ਹੁਣ ਸਾਨੂੰ ਇਹੀ ਪ੍ਰੋਬਲਮ ਆ ਰਹੀ ਹੈ, ਸਾਡੇ ਲਈ ਕੋਈ ਯੂਰਪ ਅਤੇ ਖਾਸ ਕਰਕੇ ਕੋਈ ਸਾਈਪ੍ਰਸ ਲਈ ਕੋਈ ਫਲਾਈਟ ਨਹੀਂ ਸਾਨੂੰ ਅਵੇਲੇਬਲ ਹੋ ਰਹੀ। ਗੱਲ ਕੀਤੀ ਕਿਸੇ ਅਧਿਕਾਰੀ ਨਾਲ? ਹਾਂਜੀ, ਸਾਡੀ ਉੱਧਰ ਸਾਈਪ੍ਰਸ ਗੌਰਮੈਂਟ ਨਾਲ ਅਸੀਂ ਉਹਨਾਂ ਨੂੰ ਮੇਲ ਕੀਤੀ, ਇੱਥੋਂ ਇੰਡੀਅਨ ਅੰਬੈਸੀ ਨੂੰ ਕਈ ਵਾਰੀ ਮੇਲ ਕੀਤੀ, ਇੰਡੀਅਨ ਅੰਬੈਸੀ ਨੇ ਤਾਂ ਬਿਲਕੁਲ ਵੀ ਨਹੀਂ, ਕੋਈ ਵੀ ਨਹੀਂ ਹੈਲਪ ਕਰ ਰਹੇ। ਈਵਨ ਸਾਈਪ੍ਰਸ ਅੰਬੈਸੀ ਨੇ ਪਰ ਇੰਨੀ ਹੈਲਪ ਕਰਤੀ ਹੈ ਕਿ ਜਿਨ੍ਹਾਂ ਦੇ ਵੀਜ਼ੇ ਖਤਮ ਹੋ ਰਹੇ ਆ ਉਹਨਾਂ ਨੇ ਆਪਣੀ ਓਫਿਸ਼ਲੀ ਸਾਈਟ 'ਤੇ ਇੰਨਾ ਲਿਖਤਾ ਵਾ ਕਿ ਜਿਨ੍ਹਾਂ ਦੇ ਵੀਜ਼ੇ ਖਤਮ ਹੋ ਰਹੇ ਆ ਉਹਨਾਂ ਨੂੰ ਰੀਇਸ਼ੂ ਜਾਂ ਰੀਐਂਟਰੀ ਵੀਜ਼ਾ ਮਿਲ ਜਾਏਗਾ। ਉੱਧਰ ਦੀ ਗੌਰਮੈਂਟ ਨਾਲ ਤੁਸੀਂ ਜਦੋਂ ਗੱਲਬਾਤ ਕੀਤੀ ਵੀ ਅਸੀਂ ਵਾਪਸ ਆਉਣਾ ਚਾਹੁੰਦੇ ਹਾਂ, ਤਾਂ ਕੀ ਕਹਿਣਾ ਸੀ? ਉੱਧਰ ਦੀ ਗੌਰਮੈਂਟ ਤਾਂ ਕੁਛ ਨਹੀਂ ਕਹਿ ਰਹੀ, ਉਹ ਕਹਿ ਰਹੇ ਕਿ ਤੁਹਾਡੀ ਇੰਡੀਅਨ ਵੱਲੋਂ ਬੈਨ ਹੋਇਆ ਪਿਆ ਸਾਰਾ ਕੁਛ, ਉਹ ਤਾਂ ਕਹਿੰਦੇ ਕਿ ਜਿੱਦਣ ਵੀ ਤੁਹਾਡਾ ਖੁੱਲ੍ਹ ਗਿਆ ਸਾਨੂੰ ਇਨਫੋਰਮ ਕਰੋ, ਅਸੀਂ ਤੁਹਾਡੇ ਵੀਜ਼ੇ ਦੁਆਰਾ ਉਸੇ ਵੇਲੇ ਰੀਇਸ਼ੂ ਕਰ ਦਾਂਗੇ। ਕਿੰਨੇ ਜਾਣੇ ਹੋ ਤੁਸੀਂ ਜੇ ਪੰਜਾਬ ਦੀ ਆਪਾਂ ਗੱਲ ਕਰੀਏ, ਕਿੰਨੇ ਕੋਲ ਟੋਟਲ ਜਿਹੜੇ ਹੈ ਵਿਦਿਆਰਥੀ ਨੇ ਜਾਂ ਕੰਮਕਾਜ ਕਰਨ ਵਾਲੇ ਨੇ? ਦੇਖੋ ਜੀ, ਸਾਡੇ ਕੋਲ ਅਸੀਂ ਇੱਕ ਦੋ ਦਿਨ ਪਹਿਲਾਂ ਹੀ ਵਟਸਐਪ ਦਾ ਇੱਕ ਗਰੁੱਪ ਬਣਾਇਆ ਸੀ, ਜਿਹਨੂੰ ਦੇਖਦੇ ਦੇਖਦੇ 2 ਦਿਨ ਦੇ ਵਿੱਚ ਸਾਡੇ ਕੋਲ 60 ਤੋਂ 60+ ਸਾਡੇ ਕੋਲ ਡਾਟਾ ਇਕੱਠਾ ਹੋ ਗਿਆ ਜਿਹੜੇ ਇੱਥੇ ਫਸੇ ਆ। ਹਾਲੇ ਹੋਰ ਵੀ ਬਹੁਤ ਜ਼ਿਆਦਾ ਨੇ, ਮੇਰੇ ਖਿਆਲ ਨਾਲ 100 ਤੋਂ 150 ਦੇ ਵਿੱਚ ਤਾਂ ਕਨਫਰਮ ਹੋਣਗੇ ਕਿ ਅਸੀਂ, ਜਿਹਨਾਂ ਕੋਲ ਹਾਲੇ ਤੱਕ ਇਨਫੋਰਮੇਸ਼ਨ ਹੀ ਨਹੀਂ ਪਹੁੰਚੀ ਗਰੁੱਪ ਬਾਰੇ। ਇਹਨਾਂ ਵਿੱਚੋਂ ਕਈ ਜਾਣੇ ਅਸੀਂ ਇਕੱਠੇ ਹੋਏ ਹਾਂ, ਕਈ ਹਰਿਆਣੇ ਸੀ, ਯੂਪੀ ਸੀ, ਇਸ ਕਰਕੇ ਇੱਥੇ ਆ ਨਹੀਂ ਸਕੇ। ਹੁਣ ਕੀ ਮੰਗ ਕਰਦੇ ਹੋ ਸਰਕਾਰਾਂ? ਅਸੀਂ ਸਰਕਾਰ ਕੋਲ ਇਹੀ ਮੰਗ ਕਰ ਰਹੇ ਹਾਂ ਕਿ ਸਾਡੇ ਲਈ ਕੋਈ ਸਪੈਸ਼ਲ ਫਲਾਈਟ ਅਰੇਂਜ ਕੀਤੀ ਜਾਵੇ ਜੋ ਇੱਥੋਂ ਸਾਈਪ੍ਰਸ, ਇੰਡੀਆ ਤੋਂ ਸਾਈਪ੍ਰਸ ਜਾਵੇ, ਤਾਂ ਕਿ ਅਸੀਂ ਉੱਥੇ ਜਾ ਕੇ ਆਪਣੀ ਸਟੱਡੀ ਸ਼ੁਰੂ ਕਰੀਏ ਅਤੇ ਕਈ ਜਿਹੜੇ ਵਰਕ ਵਾਲੇ ਉਹ ਵਰਕ ਦਾ ਕੰਮ ਹੈ। ਹੋਰ ਵੀ ਕੁਝ ਲੋਕ ਹੈ ਉਹਨਾਂ ਨਾਲ ਵੀ ਗੱਲ ਕਰਦੇ ਹਾਂ, ਕੀ ਨਾਂ ਤੁਹਾਡਾ? ਮੇਰਾ ਨਾਂ ਜੀ ਮਨਪ੍ਰੀਤ ਸਿੰਘ ਹੈ ਜੀ। ਕੀ ਕਰਦੇ ਤੁਸੀਂ ਉੱਥੇ, ਸਟੱਡੀ ਕਰਦੇ ਹੋ ਜਾਂ ਕੰਮ? ਸਾਈਪ੍ਰਸ ਦੇ ਵਿੱਚ ਸਟੱਡੀ ਵੀਜ਼ੇ 'ਤੇ ਗਿਆ ਹੋਇਆ ਸੀਗਾ, ਤਕਰੀਬਨ 4 ਸਾਲ ਹੋ ਗਏ ਆ। ਹੁਣ ਮੈਂ ਇੱਥੇ ਛੁੱਟੀ ਵਾਸਤੇ 15 ਦਿਨਾਂ ਵਾਸਤੇ ਆਇਆ ਸੀਗਾ, ਇਹ ਕੋਵਿਡ-19 ਕਰਕੇ ਲੋਕਡਾਊਨ। ਡਾਕੂਮੈਂਟ ਦਿਖਾਓਗੇ ਆਪਣੇ ਪਹਿਲਾਂ? ਡਾਕੂਮੈਂਟ ਸਰ ਕਿੰਨੇ ਦਿਨਾਂ ਦੀ ਛੁੱਟੀ 'ਤੇ ਤੁਸੀਂ ਜਿਹੜੇ? ਮੈਂ ਤਕਰੀਬਨ 18-19 ਦਿਨਾਂ ਦੀ ਛੁੱਟੀ 'ਤੇ ਆਇਆ ਸੀਗਾ ਅਤੇ 19ਵੇਂ ਦਿਨ ਦੀ ਮੇਰੀ ਵਾਪਸੀ ਸੀਗੀ, ਅਤੇ ਕੋਵਿਡ-19 ਕਰਕੇ ਚਲੋ ਇੱਥੇ ਲੋਕਡਾਊਨ ਲੱਗ ਗਿਆ ਅਤੇ ਅਸੀਂ ਇੱਥੇ ਪ੍ਰੋਬਲਮ 'ਚ ਫਸ ਗਏ। ਉਸ ਤੋਂ ਬਾਅਦ ਅਸੀਂ ਤਕਰੀਬਨ 1 ਮਹੀਨੇ ਬਾਅਦ ਜਦੋਂ ਇੱਥੇ ਲੋਕਡਾਊਨ ਦਾ ਕੁਛ ਹੱਦ ਤੱਕ ਸਾਨੂੰ ਲੱਗਾ ਕਿ ਲੋਕਡਾਊਨ ਦਾ ਸਮਾਂ ਖਤਮ ਹੋਣ ਵਾਲਾ, ਅਸੀਂ ਉੱਧਰ ਉਹਨਾਂ ਨਾਲ ਗੱਲ ਕੀਤੀ, ਸਾਡੇ ਵੀਜ਼ੇ ਐਕਸਪਾਇਰ ਹੋਣ ਵਾਲੇ ਸੀਗੇ, ਅਸੀਂ ਉਹਨਾਂ ਨਾਲ ਗੱਲ ਕੀਤੀ, ਉਹ ਸਾਨੂੰ ਨਵੇਂ ਵੀਜ਼ੇ ਇਸ਼ੂ ਕਰਕੇ ਦੇਣ ਨੂੰ ਤਿਆਰ ਆ। ਪਰ ਇੱਥੇ ਦੀ ਗੌਰਮੈਂਟ ਸਾਨੂੰ ਕੋਈ ਹੈਲਪ ਨਹੀਂ ਕਰ ਰਹੀ ਵੀ ਅਸੀਂ ਸਾਨੂੰ ਕੋਈ ਫਲਾਈਟ ਅਰੇਂਜ ਕਰਕੇ ਦੇ ਦਿਓ ਜਾਂ ਸਾਨੂੰ ਕੋਈ ਕਿਸੇ ਨਾ ਕਿਸੇ ਤਰੀਕੇ ਸਾਨੂੰ ਕੋਈ ਆਸ਼ਵਾਸਨ ਦੇਣ ਕਿ ਸਾਡੀ ਹੈਲਪ ਕਰ ਸਕਦੇ ਆ। ਪਰ ਇੱਥੇ ਕਿਸੇ ਵੀ ਮਹਿਕਮੇ ਨੇ ਕੋਈ ਇੱਦਾਂ ਦਾ ਹਾਲੇ ਤੱਕ ਕੋਈ ਕੀਤਾ ਨਹੀਂ ਸਾਡੇ ਲਈ ਇਨੀਸ਼ੀਏਟਿਵ। ਗੱਲ ਕੀਤੀ ਕਿਸੇ ਅਧਿਕਾਰੀ ਤੋਂ? ਇੱਥੇ ਸਾਨੂੰ ਅਸੀਂ ਅਪਰੋਚ ਸਾਨੂੰ ਪਤਾ ਨਹੀਂ ਕਿਹੜੇ ਮਹਿਕਮੇ ਨੂੰ ਅਸੀਂ ਅਪਰੋਚ ਕਰੀਏ, ਇਸੇ ਕਰਕੇ ਅਸੀਂ ਨਿਊਜ਼ ਪਲੇਟਫਾਰਮ ਦੇ ਜ਼ਰੀਏ ਅਸੀਂ ਦੱਸਣਾ ਚਾਹੁੰਦੇ ਹਾਂ ਵੀ ਸਾਡੀ ਇਹ ਪ੍ਰੋਬਲਮ ਆ, ਅਸੀਂ ਪ੍ਰੋਬਲਮ 'ਚ ਫਸੇ ਹੋਏ ਹਾਂ। ਬਿਲਕੁਲ, ਜਿੱਥੇ ਨੌਜਵਾਨ ਵੀ ਉੱਥੇ ਦੇਖੋ ਤੁਸੀਂ ਸਾਰੇ ਜਿਹੜੇ ਆਪਣੇ ਜਿਹੜੇ ਡਾਕੂਮੈਂਟ ਲੈ ਕੇ ਖੜੇ ਆ, ਕਿਉਂਕਿ ਛੁੱਟੀ 'ਤੇ ਆਏ ਸੀ, ਚਾਹੇ ਉਹ ਸਟੂਡੈਂਟ ਹੈ ਚਾਹੇ ਕੰਮਕਾਜ ਕਰਨ ਵਾਲੇ, ਕਾਫੀ ਜਿਹੜੀਆਂ ਮੁਸ਼ਕਲਾਂ ਦਾ ਇਹਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ। ਕੀ ਨਾਂ? ਗੁਰਪ੍ਰੀਤ ਕੌਰ। ਤੁਸੀਂ ਕੰਮ ਕਰਦੇ ਹੋ? ਹਾਂਜੀ, ਵਰਕ 'ਤੇ ਕਰਦੇ ਹੋ? ਇੱਕ ਮੇਡ ਘਰ ਦੇ ਵਿੱਚ। ਹਾਂਜੀ। ਹੁਣ ਕੀ ਪ੍ਰੋਬਲਮ ਆ ਰਹੀ ਹੈ? ਹੁਣ ਅਸੀਂ ਆਏ ਨੂੰ ਸਾਨੂੰ 4-4 ਮੰਥ ਹੋ ਗਏ, ਅਸੀਂ ਵਾਪਸ ਜਾਣਾ ਚਾਹੁੰਦੇ ਹਾਂ ਕਿਉਂਕਿ ਸਾਡੇ ਮਾਲਕ ਵੀ ਅਸੀਂ ਜਿਹੜੇ ਜੋ ਵੀ ਆਪਣੀ ਜਗ੍ਹਾ 'ਤੇ ਛੱਡ ਗਏ ਹਾਂ ਉਹ ਵੀ ਉਹਨਾਂ ਨੂੰ ਭੇਜ ਕੇ ਉਹ ਕਹਿ ਰਹੇ ਆ ਵੀ ਅਸੀਂ ਚੇਂਜ ਕਰ ਦੇਣਾ, ਮੁੜ ਕੇ ਸਾਨੂੰ ਬਹੁਤ ਮੁਸ਼ਕਲ ਆ, ਅਸੀਂ ਇੰਨੇ ਪੈਸੇ ਗਰੀਬ ਹੈਗੇ, ਅਸੀਂ ਇੰਨੇ ਪੈਸੇ ਦੁਬਾਰਾ ਲਗਾ ਕੇ ਨਹੀਂ ਜਾ ਸਕਦੇ ਹੈਗੇ। ਬਿਲਕੁਲ, ਤੁਸੀਂ ਕੀ ਕਹਿਣਾ ਚਾਹੁੰਦੇ? ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੇਰਾ ਨਾਮ ਰਮਨਦੀਪ ਕੌਰ ਆ, ਮੈਂ ਵਰਕ 'ਤੇ ਹਾਂ ਸਾਈਪ੍ਰਸ, ਸਾਨੂੰ ਆਏ ਨੂੰ 4 ਮੰਥ ਹੋ ਗਿਆ। ਮੈਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਜਲਦੀ ਤੋਂ ਜਲਦੀ ਸਾਡੀ ਹੈਲਪ ਕੀਤੀ ਜਾਵੇ ਅਤੇ ਸਾਨੂੰ ਵਾਪਸ ਆਪਣੇ ਕੰਮਾਂ 'ਤੇ ਭੇਜਿਆ ਜਾਵੇ। ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੇਰਾ ਨਾਮ ਗੁਰਿੰਦਰ ਕੌਰ ਹੈ, ਮੈਂ ਸਾਈਪ੍ਰਸ ਤੋਂ ਇੱਥੇ ਆਪਣੇ ਇੰਡੀਆ ਹੋਲੀਡੇ ਵਾਸਤੇ ਆਈ ਸੀ, 45 ਡੇ ਵਾਸਤੇ।
ਅਤੇ ਉਹ ਕੋਵਿਡ 19 ਦੀ ਪ੍ਰੋਬਲਮ ਕਰਕੇ ਮੈਂ ਇੱਥੇ ਫਸ ਗਈ ਹਾਂ ਅਤੇ ਸਾਨੂੰ ਇਹੀ ਰਿਕੁਐਸਟ ਹੈ ਕਿ ਸਾਨੂੰ ਫਲੈਟ ਦਾ ਅਰੇਂਜਮੈਂਟ ਕਰ ਦਿੱਤਾ ਜਾਵੇ। ਮੈਂ ਉੱਥੇ ਵਰਕ ਵੀਜ਼ੇ 'ਤੇ ਹਾਂ, ਇੱਕ ਓਲਡ ਲੇਡੀ ਦੀ ਕੇਅਰ ਕਰ ਰਹੀ ਹਾਂ। ਤੁਹਾਡੀ ਉੱਥੇ ਗੱਲ ਉਹਨਾਂ ਦੇ ਨਾਲ ਵੀ ਸਾਡਾ ਜਿਹੜਾ ਵੀਜ਼ਾ ਵਧਾਇਆ ਜਾਵੇ? ਮੇਰਾ ਤਾਂ ਵੀਜ਼ਾ ਆਲਰੇਡੀ ਵੈਸੇ 2 ਈਅਰ ਦਾ ਹੈਗਾ ਸੀਗਾ, ਬਟ ਇਹੀ ਆ ਵੀ ਉੱਥੇ 3 ਮੰਥ ਦੀ ਸਾਨੂੰ ਇਹਨਾਂ ਨੇ ਸਟੇ ਦਿੰਦੇ, ਉਹ ਤੋਂ ਇਲਾਵਾ ਅਸੀਂ ਸਟੇ ਜ਼ਿਆਦਾ ਨਹੀਂ ਕਰ ਸਕਦੇ ਹੈਗੇ। ਥੋੜ੍ਹੀ ਪ੍ਰੋਬਲਮ ਦਾ ਕਰਕੇ ਅਸੀਂ ਇੱਥੇ ਫਸੇ ਹੋਏ ਹਾਂ, ਅਤੇ ਇਸ ਕਰਕੇ ਅਸੀਂ ਇਹਨੇ ਵੀ ਜਲਦੀ ਜਲਦੀ ਅਰੇਂਜਮੈਂਟ ਕੀਤਾ ਜਾਵੇ, ਅਸੀਂ ਆਪਣੇ ਜਾ ਕੇ ਵਰਕ 'ਤੇ ਲੱਗ ਸਕੀਏ। ਬਿਲਕੁਲ, ਜਿਸ ਤਰ੍ਹਾਂ ਕਿ ਇਹਨਾਂ ਦੇ ਨਾਲ ਗੱਲਬਾਤ ਕੀਤੀ, ਕਿਸ ਤਰ੍ਹਾਂ ਅੱਜ ਜਿਹੜੇ ਸੜਕਾਂ 'ਤੇ ਉਤਰੇ ਹੋਏ ਆ, ਕਿਉਂਕਿ ਇਹ ਕੰਮ ਕਾਜ 'ਤੇ ਜਾਂ ਪੜ੍ਹਨ ਦੇ ਲਈ ਜਿਹੜੇ ਸਾਈਪ੍ਰਸ ਗਏ ਸੀ, ਪਰ ਮਹਾਂਮਾਰੀ ਦੇ ਦੌਰਾਨ ਜਿਹੜੇ ਵਾਪਸ ਇਹਨਾਂ ਨੂੰ ਇੰਡੀਆ ਆਉਣਾ ਪਿਆ, ਹੁਣ ਵਿਦੇਸ਼ ਮੰਤਰਾਲੇ ਅਤੇ ਇੰਡੀਅਨ ਗੌਰਮੈਂਟ ਦੇ ਕੋਲੋਂ ਅਪੀਲ ਕਰ ਰਹੇ ਆ ਕਿ ਸਾਨੂੰ ਵਾਪਸ ਜਿਹੜਾ ਹੈ ਸਾਈਪ੍ਰਸ ਜਿਹੜਾ ਭੇਜਿਆ ਜਾਵੇ। ਕੈਮਰਾਮੈਨ ਨੋਨੂ ਸ਼ਰਮਾ ਦੇ ਨਾਲ ਵਿਨੋਦ ਸੱਭਰਵਾਲ, ਲਿਵਿੰਗ ਇੰਡੀਆ ਨਿਊਜ਼, ਜਲੰਧਰ।